ਔਰ ਇੱਥੇ ਇਹ 2 ਲੱਖ ਦੀ ਗੱਲ ਕਰਤਾ, ਮੈਂ ਤਾਂ 11 ਲੱਖ ਦੇ ਚੁੱਕਿਆ ਨੌਕਰੀਆਂ ਪੰਜਾਬ ਦੇ ਵਿੱਚ। ਮੈਂ ਪਾਣੀ ਮੁਫਤਾ ਦੇਤਾ, ਪੰਜਾਬ ਤਾਂ ਸਦਾ ਹੀ ਭਣਿਆ ਪਾਣੀ ਮੁਫਤਾ ਸੀ। ਜਾਂ ਕਹਿਣਾ ਕਿ ਮੈਂ ਨਵੇਂ ਸਕੂਲ ਦੇ ਦਿੱਤੇ, ਮੇਰੇ 5,500 ਸਕੂਲ ਮੈਂ ਸਮਾਰਟ ਸਕੂਲ ਬਣਾਏ ਨੇ ਪੰਜਾਬ 'ਚ। ਉਹ ਤੁਸੀਂ, ਮੇਰਾ ਖਿਆਲ ਆ ਕਿ ਜਿਹੜਾ ਉਹਨਾਂ ਦਾ ਵੀਡੀਓ ਹੈਗਾ ਅੱਜ ਕੱਲ੍ਹ ਪੰਜਾਬ ਦੇ ਵਿੱਚ, ਉਹ ਬਹੁਤ ਚਰਚਾ ਦਾ ਵਿਸ਼ਾ ਬਣਿਆ, ਜਿਹਦੇ ਵਿੱਚ ਉਹ ਕਹਿੰਦੇ ਆ ਮੈਂ 1,00,000 ਨੌਕਰੀਆਂ ਵੰਡਤੀਆਂ, ਮੈਂ 6 ਰੁਪਈਏ 5 ਰੁਪਈਏ ਯੂਨਿਟ ਇੰਡਸਟਰੀ ਨੂੰ ਬਿਜਲੀ ਦੇ ਰਿਹਾ। ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਝੂਠ ਬੋਲਣ ਲੱਗੇ ਅੱਗਾ ਪਿੱਛੇ ਨਹੀਂ ਦੇਖਦੇ। ਬੜਾ ਅਫਸੋਸ ਹੈਗਾ, ਬੀਜੇਪੀ ਜਿਹੜੇ ਰਸਤੇ 'ਤੇ ਤੁਰੀ ਹੋਈ ਹੈ ਨਾ, ਮੈਂ ਨਿੰਦਾ ਕਰਦਾ ਲੋਕਾਂ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ, ਇੱਕ ਅੱਤਵਾਦੀ ਦੱਸੇ ਬੀਜੇਪੀ। ਕੇਜਰੀਵਾਲ ਜੈਸੇ ਆਤੰਕਵਾਦੀ ਇਸ ਦੇਸ਼ ਮੇਂ ਛੁਪੇ ਬੈਠੇ ਹੈ। ਨਹੀਂ, ਉਹ ਆਪਣੇ ਕੀਤੇ ਹੋਏ ਕੰਮਾਂ ਦੇ ਉੱਤੇ ਪ੍ਰਚਾਰ ਕਰ ਰਹੇ, ਇਹ ਵੀ ਕਰਨ। ਆਮ ਆਦਮੀ ਪਾਰਟੀ ਦਿੱਲੀ ਵਿੱਚ ਹੀ ਨਹੀਂ ਪੰਜਾਬ ਦੀ ਸਿਆਸਤ 'ਤੇ ਵੀ ਵੱਡਾ ਪ੍ਰਭਾਵ ਪਾ ਰਹੀ ਹੈ। ਪੰਜਾਬ ਦੇ ਕਈ ਵੱਡੇ ਲੀਡਰ ਅਤੇ ਪਾਰਟੀਆਂ ਕੇਜਰੀਵਾਲ ਦੇ ਕੰਮਾਂ ਦੀ ਤਾਰੀਫ ਕਰ ਰਹੀਆਂ ਨੇ। ਬੀਤੇ ਦਿਨ ਮੰਦੀ ਮੰਨਾ ਨੇ ਕੇਜਰੀਵਾਲ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ ਸੀ, ਤਾਂ ਹੁਣ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਨਿਤਰਾਏ ਨੇ। ਬੈਂਸ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਿਛਲੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਸ਼ਣ 'ਤੇ ਟਿੱਪਣੀ ਕਰਦਿਆਂ ਉਹਨਾਂ ਦੇ ਦਾਅਵਿਆਂ ਨੂੰ ਗੱਪ ਤਾਂ ਕਿਹਾ ਹੀ, ਨਾਲ ਹੀ ਕੈਪਟਨ ਅਤੇ ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਕੇਜਰੀਵਾਲ ਦੇ ਕੰਮਾਂ ਤੋਂ ਸੇਧ ਲੈਣ ਦੀ ਨਸੀਹਤ ਵੀ ਦੇ ਦਿੱਤੀ। ਉਹ ਤੁਸੀਂ, ਮੇਰਾ ਖਿਆਲ ਆ ਕਿ ਜਿਹੜਾ ਉਹਨਾਂ ਦਾ ਵੀਡੀਓ ਹੈਗਾ ਅੱਜ ਕੱਲ੍ਹ ਪੰਜਾਬ ਦੇ ਵਿੱਚ, ਉਹ ਬਹੁਤ ਚਰਚਾ ਦਾ ਵਿਸ਼ਾ ਬਣਿਆ, ਜਿਹਦੇ ਵਿੱਚ ਉਹ ਕਹਿੰਦੇ ਆ ਮੈਂ 1,00,000 ਨੌਕਰੀਆਂ ਵੰਡਤੀਆਂ, ਮੈਂ 6 ਰੁਪਈਏ 5 ਰੁਪਈਏ ਯੂਨਿਟ ਇੰਡਸਟਰੀ ਨੂੰ ਬਿਜਲੀ ਦੇ ਰਿਹਾ। ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਝੂਠ ਬੋਲਣ ਲੱਗੇ ਅੱਗਾ ਪਿੱਛੇ ਨਹੀਂ ਦੇਖਦੇ। ਕੈਪਟਨ ਅਮਰਿੰਦਰ ਸਿੰਘ ਐਡੇ ਐਡੇ ਗਪੌੜ, ਐਡੇ ਐਡੀਆਂ ਗੱਪਾਂ ਮਾਰ ਰਹੇ ਆ। ਕੈਪਟਨ ਅਮਰਿੰਦਰ ਸਿੰਘ ਜੀ, ਤੁਸੀਂ ਦਿੱਲੀ ਗਏ ਹੋ, ਕਾਂਠ ਕੀ ਹਾਂਡੀ ਇੱਕ ਵਾਰ ਝੜਤੀ ਆ, ਪੰਜਾਬ ਦੇ ਲੋਕਾਂ ਨੇ ਦੇਖ ਲਿਆ ਵੀ ਤੁਸੀਂ ਬਹੁਤ ਵੱਡੇ ਝੂਠ, ਲੋਕਾਂ ਦੇ ਨਾਲ ਫਰੇਬ ਕਰਕੇ ਵੋਟਾਂ ਲੈ ਲਈਆਂ। ਦਿੱਲੀ ਦੇ ਲੋਕ ਤੁਹਾਡੇ ਝੂਠ ਦੇ ਥੱਲੇ ਨਹੀਂ ਆਉਣਗੇ, ਤੁਹਾਡੇ ਝੂਠੇ ਕੋਰੇ ਪ੍ਰਚਾਰ ਦਾ ਭਾਂਡਾ ਫੁੱਟ ਚੁੱਕਿਆ। ਬੈਂਸ ਨੇ ਭਾਜਪਾ ਆਗੂ ਪ੍ਰਕਾਸ਼ ਜਾਵੜੇਕਰ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਕਹੇ ਜਾਣ 'ਤੇ ਤਿੱਖੇ ਨਿਸ਼ਾਨੇ ਸਾਧੇ ਨੇ। ਬੈਂਸ ਮੁਤਾਬਿਕ ਕੇਜਰੀਵਾਲ ਆਪਣੇ ਕੀਤੇ ਕੰਮਾਂ ਦੇ ਨਾਂ ਹੇਠ ਵੋਟਾਂ ਮੰਗ ਰਹੇ ਨੇ, ਅਤੇ ਜੇਕਰ ਕਾਂਗਰਸ ਜਾਂ ਭਾਜਪਾ ਵਿੱਚ ਹਿੰਮਤ ਹੈ ਤਾਂ ਉਹ ਵੀ ਦਿੱਲੀ ਦੇ ਲੋਕਾਂ 'ਤੇ ਕੰਮਾਂ ਦੇ ਨਾਮ 'ਤੇ ਵੋਟ ਮੰਗੇ, ਨਾ ਕਿ ਨਫ਼ਰਤ ਦੀ ਰਾਜਨੀਤੀ ਕਰਕੇ। ਬੜਾ ਅਫਸੋਸ ਹੈਗਾ, ਬੀਜੇਪੀ ਜਿਹੜੇ ਰਸਤੇ 'ਤੇ ਤੁਰੀ ਹੋਈ ਹੈ ਨਾ, ਮੈਂ ਨਿੰਦਾ ਕਰਦਾ ਲੋਕਾਂ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ, ਇੱਕ ਅੱਤਵਾਦੀ ਦੱਸੇ ਬੀਜੇਪੀ। ਲੋਕਾਂ ਦੁਆਰਾ ਚੁਣੇ ਹੋਏ ਉਹ ਮੁੱਖ ਮੰਤਰੀ ਜਿਹਨੂੰ ਦੇਸ਼ ਦੇ ਇਤਿਹਾਸ ਦੇ ਅੰਦਰ ਕਿਸੇ ਮੁੱਖ ਮੰਤਰੀ ਨੂੰ ਐਡੀ ਵੱਡੀ ਮੈਜੋਰਿਟੀ ਨਹੀਂ ਮਿਲੀ, ਉਸ ਪਾਰਟੀ ਜਿਹਨੂੰ ਬਹੁਤ ਵੱਡੀ ਮੈਜੋਰਿਟੀ ਅਤੇ ਉਸ ਪਾਰਟੀ ਦੇ ਮੁੱਖ ਮੰਤਰੀ ਵਾਸਤੇ ਬੀਜੇਪੀ ਅੱਤਵਾਦੀ ਸ਼ਬਦ ਵਰਤੇ। ਸੋ ਇਹ ਬੜਾ ਨਿੰਦਣਯੋਗ ਆ ਸਾਡੀ ਡੈਮੋਕ੍ਰੇਸੀ ਦੇ ਉੱਤੇ, ਜਿਹੜੀ ਪੂਰੇ ਵਰਲਡ ਦੇ ਵਿੱਚ ਨੰਬਰ 1 ਸਾਡਾ ਜਿਹੜਾ ਡੈਮੋਕ੍ਰੇਟਿਕ ਕੰਟਰੀ, ਸਭ ਤੋਂ ਵੱਡੀ ਲੋਕਤੰਤਰ ਪ੍ਰਕਿਰਿਆ, ਲੋਕਤੰਤਰੀ ਦੇਸ਼ ਭਾਰਤ ਹੈਗਾ, ਅਤੇ ਇਹ ਸਾਡੇ ਲੋਕਤੰਤਰ ਵਾਸਤੇ ਵੀ ਸ਼ਰਮਨਾਕ ਗੱਲ ਹੈ। ਨਹੀਂ, ਉਹ ਆਪਣੇ ਕੀਤੇ ਹੋਏ ਕੰਮਾਂ ਦੇ ਉੱਤੇ ਪ੍ਰਚਾਰ ਕਰ ਰਹੇ, ਇਹ ਵੀ ਕਰਨ। ਇਹ ਜੇ ਕੁਛ ਕੀਤਾ ਹੋਵੇ ਉੱਥੇ, ਕਿਉਂਕਿ ਇਹਨਾਂ ਦੇ ਕੋਲ ਕੇਂਦਰ, ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ, ਪੁਲਿਸ ਇਹਨਾਂ ਦੇ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈਗੀ। ਜੇ ਕੇਜਰੀਵਾਲ ਗਵਰਨਮੈਂਟ ਨੇ ਉੱਥੇ ਕੋਈ ਕੰਮ ਕੀਤੇ ਆ, ਉਹ ਆਪਣੇ ਕੰਮਾਂ ਦੇ ਆਧਾਰ ਦੇ ਉੱਤੇ ਲੋਕਾਂ 'ਚ ਜਾ ਰਹੇ ਆ। ਸੋ ਆਪਣੇ ਕੰਮ ਕਰਕੇ ਲੋਕਾਂ ਦੇ ਕੋਲ ਜਾਣਾ ਕੋਈ ਮਾੜੀ ਗੱਲ ਨਹੀਂ। ਨਹੀਂ, ਮੈਂ ਬਿਲਕੁਲ ਕਹੂੰਗਾ, ਜੇ ਉਹਨਾਂ ਨੇ ਐਜੂਕੇਸ਼ਨ 'ਚ ਸੁਧਾਰ ਕੀਤੇ, ਉਹਨਾਂ ਨੇ ਹੈਲਥ 'ਚ ਸੁਧਾਰ ਕੀਤੇ ਆ, ਇਹ ਕਿਸੇ ਤੋਂ ਕੋਈ ਗੁੱਝੀ ਛਿਪੀ ਗੱਲ ਹੀ ਹੈ ਨਹੀਂ ਗੀ। ਇਹਨਾਂ ਦੇ ਬਹੁਤ ਸਾਰੇ ਸਟੇਟਾਂ ਦੇ ਵਿੱਚ ਬੀਜੇਪੀ ਦੀਆਂ ਗਵਰਨਮੈਂਟਸ ਨੇ, ਕਾਂਗਰਸ ਦੀਆਂ ਸਰਕਾਰਾਂ ਨੇ, ਇਹਨਾਂ ਦੇ ਮੁੱਖ ਮੰਤਰੀ ਵੀ ਉਹਦੇ ਕੋਲ ਸੇਧ ਲੈ ਲੈਣ ਵੀ ਅਸੀਂ ਵੀ ਕੰਮ ਦੇ ਆਧਾਰ 'ਤੇ ਲੋਕਾਂ ਕੋਲ ਜਾਵਾਂਗੇ। ਇਹ ਝੂਠ ਬੋਲਣ ਦੇ ਆਧਾਰ 'ਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਜਾਂਦੇ ਆ ਵੀ ਲੋਕਾਂ ਨੂੰ ਝੂਠ ਬੋਲ ਕੇ ਵੋਟਾਂ ਲੈ ਲਓ, ਮੁੜ ਕੇ ਤੂੰ ਕੌਣ ਅਤੇ ਮੈਂ ਕੌਣ। ਪਰ ਪੰਜਾਬ ਦੇ ਵਿੱਚ ਬੋਲੇ ਹੋਏ ਝੂਠਾਂ ਦਾ ਭਾਂਡਾ ਜਿਹੜਾ ਫੁੱਟ ਚੁੱਕਿਆ, ਦਿੱਲੀ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀਆਂ ਝੂਠੀਆਂ ਗੱਲਾਂ 'ਚ ਕਦੇ ਨਹੀਂ ਆਉਣਗੇ। ਦੱਸ ਦੇ ਕਿ ਦਿੱਲੀ ਵਿੱਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਸਟਾਰ ਪ੍ਰਚਾਰਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਟੇਜ ਤੋਂ ਖੜ ਕੇ ਪੰਜਾਬ ਵਿੱਚ ਕੀਤੇ ਆਪਣੇ ਕਈ ਕੰਮ ਗਿਣਵਾਏ ਸੀ, ਜਿਸ ਤੋਂ ਬਾਅਦ ਇਸ ਭਾਸ਼ਣ 'ਤੇ ਪੰਜਾਬ ਵਿੱਚੋਂ ਉਹਨਾਂ ਦੇ ਸਿਆਸੀ ਵਿਰੋਧੀਆਂ ਨੇ ਖਾਸਾ ਮਜ਼ਾਕ ਉਡਾਇਆ ਸੀ।
ਦੂਜੇ ਪਾਸੇ ਸਿਮਰਜੀਤ ਸਿੰਘ ਬੈਂਸ ਵੱਲੋਂ ਕੇਜਰੀਵਾਲ ਦੀਆਂ ਸਿਫਤਾਂ ਕਰਨਾ ਵੀ ਕਈ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦੇ ਰਿਹਾ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਬੈਂਸ ਦੇ ਆਮ ਆਦਮੀ ਪਾਰਟੀ ਨਾਲ ਹੱਥ ਮਿਲਾਉਣ ਦੇ ਆਸਾਰ ਜਤਾਏ ਜਾਣ ਲੱਗੇ ਨੇ। ਖੈਰ ਜੋ ਵੀ ਹੋਵੇ, ਇੱਕ ਗੱਲ ਤਾਂ ਪੱਕੀ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਜਾਂ ਹਾਰ ਪੰਜਾਬ ਵਿੱਚ ਕਈ ਸਿਆਸੀ ਸਮੀਕਰਨ ਤੈਅ ਕਰੇਗੀ। ਲੁਧਿਆਣਾ ਤੋਂ ਲਖਵਿੰਦਰ ਸਿੰਘ, ਪੰਜਾਬੀ ਲੋਕ ਚੈਨਲ।